1 ਜੂਨ ਤੋਂ 10 ਜੂਨ ਤੱਕ ਤੁਸੀਂ ਸਾਰੇ ਜਾਣਦੇ ਹੋ ਕਿ ਕਿਸਾਨਾਂ ਵੱਲੋਂ ਮੰਡੀਆਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ, ਯਾਨੀ ਕਿ ਕਿਹਾ ਜਾ ਰਿਹਾ ਹੈ ਕੋਈ ਵੀ ਕਿਸਾਨ ਜੋ ਹੈ ਪਿੰਡਾਂ ਤੋਂ ਸਬਜ਼ੀ, ਦੁੱਧ ਜਾਂ ਕੋਈ ਵੀ ਫਰੂਟ ਲੈ ਕੇ ਸ਼ਹਿਰਾਂ ਵੱਲ ਨੂੰ ਨਾ ਜਾਵੇ, ਬਾਈਕਾਟ ਕੀਤਾ ਗਿਆ ਹੈ। ਅਤੇ ਅੱਜ ਮੋਹਾਲੀ ਫੇਸ 6 ਦੇ ਵਿੱਚ ਵੇਰਕਾ ਪਲਾਂਟ ਪਹੁੰਚੀ ਹੈ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਟੀਮ, ਅਤੇ ਬੰਦ ਕਰਾਉਣ ਆਈ ਸੀ ਵੇਰਕਾ ਪਲਾਂਟ ਨੂੰ। ਸਾਡੇ ਨਾਲ ਉਹਨਾਂ ਦੇ ਕਈ ਆਗੂ ਖੜ੍ਹੇ ਨੇ, ਗੱਲਬਾਤ ਕਰਾਂਗੇ। ਸਰ, ਅੱਜ ਮੋਹਾਲੀ ਇੱਥੇ ਵੇਰਕਾ ਪਲਾਂਟ ਪਹੁੰਚਣ ਦਾ ਕੀ ਮਕਸਦ ਹੈ? ਸਾਡਾ ਜਿਹੜਾ ਦੁੱਧ ਹੈ ਕਿਸਾਨਾਂ ਦਾ, ਬਹੁਤ ਘੱਟ ਰੇਟ 'ਤੇ ਖਰੀਦਿਆ ਜਾ ਰਿਹਾ। 20 ਰੁਪਈਏ ਪਾਣੀ ਦੀ ਬੋਤਲ ਮਿਲਦੀ ਹੈ ਅਤੇ ਸਾਨੂੰ 22 ਰੁਪਈਏ ਦੁੱਧ ਦਾ ਰੇਟ ਮਿਲਦਾ, ਜਿਹਦੇ ਇੰਨੀ ਖੇਚੜ ਕੱਟੀ ਜਾਂਦੀ ਹੈ ਇਹੋ ਜਿਹੀ ਗਰਮੀ 'ਚ ਇਕੱਠੇ ਪੱਠੇ ਲਿਆਉਣੇ, ਅਤੇ ਬਿਜਲੀ ਵੀ ਘੱਟ ਆਉਂਦੀ ਹੈ। ਅਸੀਂ ਜਨਰੇਟਰ ਚਲਾ ਕੇ ਚਾਰੇ ਨੂੰ ਸਿੰਜਦੇ ਹਾਂ ਵੀ ਡੰਗਰਾਂ ਖਾਤਰ ਉਹ ਮਿਲ ਜਾਵੇ, ਪਰ ਇੱਥੇ ਇੰਨੀ ਲੁੱਟ ਹੋ ਰਹੀ ਹੈ, ਡੀਜ਼ਲ ਕਿੰਨਾ ਮਹਿੰਗਾ ਹੋ ਗਿਆ। ਮੋਦੀ ਸਰਕਾਰ ਜਦੋਂ ਆਈ ਹੈ ਇਹ ਕਾਂਗਰਸ ਦੇ ਵਿਰੁੱਧ ਪ੍ਰਚਾਰ ਕਰਦਾ ਤਾ, ਧਰਨੇ ਲਾਉਂਦਾ ਤਾ, ਵੀ 45 ਰੁਪਈਏ ਡੀਜ਼ਲ ਹੋ ਗਿਆ ਪਰ ਲੀਟਰ, ਪਰ ਅੱਜ ਕੀ ਰੇਟ ਹੈ? ਅੱਜ ਮੋਦੀ ਸਰਕਾਰ ਦੀ ਉਹ ਹੈ ਅਤੇ ਕਿਸਾਨਾਂ ਨਾਲ ਬਿਲਕੁਲ ਮਜ਼ਾਕ ਕਰਿਆ ਜਾ ਰਿਹਾ, ਕਦੇ 1 ਪੈਸਾ ਘਟਾ ਦਿੰਦੇ, ਕਦੇ 5 ਪੈਸੇ ਘਟਾ ਦਿੰਦੇ। ਕਰਨਾਟਕ ਦੀ ਚੋਣ ਤੋਂ ਬਾਅਦ 5 ਰੁਪਈਏ ਡੀਜ਼ਲ ਵੱਧ ਗਿਆ, ਅਤੇ ਕਿਸਾਨ ਕਿਸ 'ਤੇ ਬਚ ਰਹੂਗਾ, ਕਿਸ ਤਰ੍ਹਾਂ ਬਚ ਰਹੂਗਾ? ਉਹਨੂੰ ਆਪਣੀਆਂ ਜਿਣਸਾਂ ਦੇ ਭਾਅ, ਸਬਜ਼ੀ ਦੇ, ਚਾਰੇ ਦੇ ਬਿਲਕੁਲ ਨਹੀਂ ਮਿਲ ਰਹੇ ਹੈ। ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਿਸਾਨ ਨੂੰ ਜਿਹੜਾ ਭਾਅ ਮਿਲਣਾ ਚਾਹੀਦਾ ਹੈ ਉਹਦੀ ਸਬਜ਼ੀ ਦਾ, ਉਹਦੇ ਦੁੱਧ ਦਾ ਨਹੀਂ ਮਿਲ ਰਿਹਾ, ਲੇਕਿਨ ਕੀ ਇਸ ਤਰ੍ਹਾਂ ਹੜਤਾਲ ਕਰਨਾ ਜਾਂ ਸਬਜ਼ੀਆਂ ਨੂੰ ਪਿੰਡਾਂ ਤੋਂ ਸ਼ਹਿਰਾਂ ਤੱਕ ਨਹੀਂ ਲੈ ਕੇ ਜਾਣਾ, ਬਾਈਕਾਟ ਕਰਨਾ, ਕੀ ਸਹੀ ਹੈ? ਇਹ ਸਾਡਾ ਜੀ ਮਜਬੂਰੀ ਹੈ ਜੀ, ਕਿਉਂਕਿ ਅਸੀਂ ਦਿੱਲੀ ਧਰਨਾ ਨਾ ਆਇਆ ਤਾਂ ਇਹਨਾਂ ਦੀ ਸਰਕਾਰ ਬਣੀ ਤੀ, ਚੋਣ ਆਉਣ ਵਾਲੀ ਤੀ, 6 ਮਹੀਨੇ ਰਹਿੰਦੇ ਤੀ। ਜਿਹੜਾ ਹੋਮ ਮਿਨਿਸਟਰ ਆ ਰਾਜਨਾਥ ਸਿੰਘ ਸਾਡੀ ਸਟੇਜ 'ਤੇ ਆ ਕੇ ਬੋਲ ਕੇ ਗਿਆ ਤਾ ਵੀ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਂਦੀ ਹੈ, ਅਸੀਂ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ ਬਿਲਕੁਲ ਹੂ ਅਸੀਂ ਲਾਗੂ ਕਰੂੰਗੇ, ਅਤੇ ਤੁਹਾਡੀਆਂ ਫਸਲਾਂ ਦਾ ਬੀਮਾ ਵੀ ਕਰੂੰਗੇ, ਜੇ ਕੋਈ ਫਸਲ ਖਰਾਬ ਵੀ ਹੋ ਜਾਂਦੀ ਹੈ ਉਹਦਾ ਖਰਾਬਾ ਵੀ ਲਾਉਂਗੇ। ਅੱਜ ਬਿਲਕੁਲ ਚੁੱਪ ਬੈਠੇ ਹਾਂ, 4 ਸਾਲ ਹੋ ਗਏ ਬਣਿਆ ਨੂੰ, ਹਰੇਕ ਵਾਰ ਕਹਿ ਦਿੰਦੇ ਹਾਂ ਤੁਹਾਡੀਆਂ ਕਿਸਾਨਾਂ ਦੀਆਂ ਫਸਲਾਂ ਦੇ ਅਸੀਂ ਭਾਅ ਦੁੱਗਣੇ ਕਰ ਦੇਣੇ, ਪਤਾ ਨਹੀਂ ਕਦੋਂ ਕਰਨਗੇ। ਉਹ ਤਾਂ ਦੁੱਗਣੇ ਕਰਦੇ ਕਰਦੇ ਅਸੀਂ ਇਹਨਾਂ ਨੂੰ ਕੁਛ ਤਾਂ ਜਿਹੜੀ ਹੁਣ ਚੋਣ ਹੋ ਕੇ ਹਟੀ ਹੈ ਉਹਦੇ 'ਚ ਅਸੀਂ ਦੱਸ ਹੀ ਦਿੱਤਾ, ਕਿਸਾਨੀ ਬਿਨਾਂ ਕੋਈ ਨਹੀਂ ਜਿੱਤ ਸਕਦੀ ਪਾਰਟੀ, ਜਿੰਨਾ ਚਿਰ ਉਹਦੇ ਨਾਲ ਕਿਸਾਨ ਨਹੀਂ ਹੈ। ਲੇਕਿਨ ਤੁਹਾਨੂੰ ਲੱਗਦਾ ਨਹੀਂ ਸਰ ਕਿ ਕਿਤੇ ਨਾ ਕਿਤੇ ਜੇ ਇੱਦਾਂ ਬਾਈਕਾਟ ਕੀਤਾ ਜਾਏਗਾ, ਜਿਹੜਾ ਕਿਸਾਨ, ਛੋਟਾ ਕਿਸਾਨ ਹੈ ਜਿਹੜਾ ਰੋਜ਼ ਸਬਜ਼ੀ ਵੇਚ ਕੇ ਪੈਸੇ ਕਮਾਉਂਦਾ ਸੀ, ਉਹਨੂੰ ਨੁਕਸਾਨ ਹੋਊਗਾ, ਕਿਵੇਂ ਢਿੱਡ ਭਰੇਗਾ ਆਪਣੇ ਪਰਿਵਾਰ ਦਾ? ਉਹ ਤਾਂ ਸਾਨੂੰ ਪਤਾ ਹੀ ਹੈ, ਕਿਸਾਨ ਇਹ ਖੁਦਕੁਸ਼ੀਆਂ ਕਰ ਰਿਹਾ, 4-5 ਕਿਸਾਨ ਰੋਜ਼ ਖੁਦਕੁਸ਼ੀਆਂ ਕਰ ਰਹੇ ਹੈ। ਇਸ ਲਈ ਜੇ ਅਸੀਂ ਉਹਨੂੰ ਉਹ ਵੀ ਕਰੂੰਗੇ 2-4 ਦਿਨ ਫਰਕ ਪੈ ਜੂਗਾ, ਕੋਈ ਨਹੀਂ ਇਹੋ ਜਿਹੇ ਸਾਡੇ ਪ੍ਰਬੰਧ ਹੋਏਗੇ। ਕਿਆ ਤੁਹਾਡੀ ਸਰਕਾਰ ਨਾਲ ਕਦੀ ਇਸ ਬਾਰੇ ਗੱਲ ਨਹੀਂ ਹੋਈ, ਬਜਾਏ ਕਿ 10 ਦਿਨ ਇੱਦਾਂ ਸਟ੍ਰਾਈਕ ਕਰਨ ਦੇ, ਹੜਤਾਲ ਕਰਨ ਦੇ, ਤੁਸੀਂ ਇਹ ਮੰਗ ਕਰਦੇ ਸਰਕਾਰ ਨੂੰ ਵੀ ਸਾਨੂੰ 10 ਦਿਨ ਵਾਸਤੇ ਜ਼ਮੀਨ ਦਿਓ, ਕਿਸਾਨ ਆਪ ਜਾ ਕੇ ਆਪਣੀ ਸਬਜ਼ੀਆਂ ਵੇਚੇਗਾ, ਵਿਚੋਲਿਆਂ ਵਿੱਚ ਨਹੀਂ ਪਾਉਣਾ, ਇੱਦਾਂ ਦੀ ਜੇ ਇਹ ਰਾਹ ਫੜਿਆ ਜਾਂਦਾ ਕਿ ਬਿਹਤਰ ਨਹੀਂ ਹੋਣਾ ਸੀ? ਰਾਜਾ ਸਾਹਿਬ ਦੀ ਨਾਲ ਸਾਡੀ ਮੀਟਿੰਗ ਹੋਈ, 3 ਰਾਜਾ ਸਾਹਿਬ ਨੇ ਮਿਨਿਸਟਰ ਭੇਜੇ, ਅਮਰਿੰਦਰ ਨੇ, ਗੰਨੇ ਦੇ ਪੈਸਿਆਂ ਬਾਰੇ ਅਸੀਂ ਧਰਨਾ ਦੇਣਾ ਸੀ, ਜਦ ਥੋੜ੍ਹੇ ਜਿਹੇ ਪੈਸੇ 'ਤੇ ਕਹਿੰਦੇ ਵੀ ਦੇਣੇ 'ਤੇ ਕੁਛ ਪੈਸੇ ਤੁਹਾਨੂੰ, ਅਸੀਂ ਕਿਹਾ ਫਿਰ, ਕਹਿੰਦੇ 1 ਕਿਸ਼ਤ ਤਾਂ ਅਸੀਂ ਅੱਜ ਆ ਕੱਲ੍ਹ 'ਚ ਦੇਣੀ ਤੀ, ਉਹ ਸਾਡੇ ਪਾ ਪੈਸੇ ਨਹੀਂ ਹੋਏ। ਮਾਂ ਚਲੋ ਅਗਲੀਆਂ ਤਰੀਕਾਂ ਮੁਕਰਰ ਕਰ ਲਓ ਵੀ ਕਿਹੜੀ ਕਿਹੜੀ ਤਰੀਕ ਨੂੰ ਦੇਣੇ ਆ, ਕਹਿੰਦੇ ਤਰੀਕ ਨਹੀਂ ਅਸੀਂ ਕਦੇ ਕੋਈ ਮੁਕਰਰ ਕਰ ਸਕਦੇ, ਜਿੱਦਣ ਸਾਡੇ ਪਾ ਪੈਸੇ ਹੋ ਜਾਣਗੇ ਉੱਦਣ ਦੇ ਦੂੰਗੇ। ਅੱਜ ਕਿਸਾਨਾਂ ਦੇ ਗੰਨੇ ਦਾ
340 ਕਰੋੜ ਰੁਪਈਆ ਇਹਨਾਂ ਵੱਲ ਪਏ। ਇਹ ਸਾਡੇ ਕਰਜ਼ੇ ਮਾਫ ਕਰਦੇ ਫਿਰਨੇ, ਕਿਸਾਨ ਕੀ ਆਸ ਕਰੂਗਾ? ਇੱਥੇ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਪਾਲੂਗਾ? ਕਿੰਨਾ ਖਰਚ ਹੁੰਦਾ ਗੰਨੇ ਦੀ ਕਢਾਈ 'ਤੇ, ਕਿੰਨਾ ਰੇਹ ਪੈਂਦਾ? ਹਰ ਸਾਲ ਦੀ ਇੱਕ ਸਾਲ 3 ਮਹੀਨੇ ਦੀ ਫਸਲ ਹੈ। ਕੈਪਟਨ, ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਸਰਕਾਰ ਹੈ, ਕਿਸਾਨਾਂ ਦੀ ਹਿਤੈਸ਼ੀ ਸਰਕਾਰ ਹੈ, ਅਸੀਂ ਕਰਜ਼ੇ ਮਾਫ ਕੀਤੇ, ਅਸੀਂ ਬੜਾ ਕੁਛ ਕੀਤਾ ਕਿਸਾਨਾਂ ਲਈ। ਸਾਨੂੰ ਜਵਾਬ ਦੇ ਦੇਣ ਵੀ ਸਾਡੇ ਗੰਨੇ ਦੇ ਪੈਸੇ ਕਿਉਂ ਨਹੀਂ ਦਿੰਦੇ? ਇਸ ਲਈ ਅਸੀਂ ਧਰਨਾ ਵੀ ਲਾਉਣਾ ਤਾਂ ਸ਼ੂਗਰ ਮਿੱਲ ਮਰਿੰਡਾ 'ਚ, ਉੱਥੇ 54.2 ਕਰੋੜ ਰੁਪਈਆ ਜੀ ਜਿਹੜਾ ਇਹਨਾਂ ਵੱਲ ਖੜਾ। ਚਲੋ ਜੀ ਐਮ ਕਹਿੰਦਾ 28 ਤਰੀਕ ਨੂੰ ਅਸੀਂ ਪਿਛਲੀ ਮਈ ਨੂੰ ਲਾਉਣਾ ਤਾਂ ਧਰਨਾ, ਉਹ ਕਹਿੰਦਾ 10 ਕਰੋੜ ਰੁਪਈਆ ਅਸੀਂ ਤੁਹਾਡਾ ਦੇ ਦਿੰਦੇ ਹਾਂ, ਮੈਂ ਮਨਜ਼ੂਰ ਕਰਾ ਲਿਆ ਜੀ। ਇਸ ਲਈ ਜਿਹੜਾ ਕੋਈ ਲੜਦਾ ਉਹਨੂੰ ਕੁਛ ਮਿਲ ਜਾਂਦਾ, ਜੇ ਚੁੱਪ ਬੈਠੇ ਰਹੋਗੇ ਮਾਂ ਵੀ ਨਹੀਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ। ਪਰ ਤੁਸੀਂ ਇਹ ਕੋਸ਼ਿਸ਼ ਨਹੀਂ ਕੀਤੀ ਸਰਕਾਰ ਨਾਲ ਗੱਲ ਕੀਤੀ ਜਾਵੇ ਕਿ 10 ਦਿਨ ਲਈ ਸਾਨੂੰ ਮੰਡੀਆਂ ਦਿੱਤੀਆਂ ਜਾਣ, ਅਸੀਂ ਆਪ ਜਾ ਕੇ, ਅਸੀਂ ਆੜ੍ਹਤੀਆਂ ਨੂੰ ਵਿੱਚ ਨਹੀਂ ਪਾਉਣਾ, ਆਪ ਜਾ ਕੇ ਆਪਾਂ ਆਪਣੇ ਸਮਾਨ ਦੀ ਵਿਕਰੀ ਕਰੀਏ, ਜਿਹੜੀ 10 ਰੁਪਏ ਦੀ ਵਿਕਦੀ ਹੈ 15 ਦੀ ਵੀ ਸਰ ਤੁਹਾਨੂੰ ਵਿਕੇ ਉਹ ਵੀ ਫਾਇਦਾ ਹੈ, ਨਹੀਂ ਤਾਂ 10 ਹੀ ਤੁਸੀਂ ਵੇਚਦੇ ਹੋ ਅੱਗੇ ਜਾ ਕੇ, ਉਹ 25 ਦੀ ਅੱਗੇ ਜਿਹੜੇ ਨੇ ਵੇਚਣ ਵਾਲੇ ਉਹ 25 ਦੀ ਵੇਚਦੇ ਆ, ਦੁੱਗਣਾ ਮਾਰਜਨ ਆਪਣੇ ਕੋਲ ਰੱਖਦੇ ਨੇ, ਤੁਹਾਨੂੰ ਇਹਦੇ 'ਚ ਫਾਇਦਾ ਨਹੀਂ ਸੀ ਜ਼ਿਆਦਾ? ਅਸੀਂ ਹੁਣ ਮੰਡੀਆਂ ਸਾਂਭੀਏ, ਇੱਕ ਖੇਤੀ ਕਰੀਏ। 10 ਦਿਨ ਦੀ ਗੱਲ, 10 ਦਿਨ ਹੜਤਾਲ ਵੀ ਤੁਸੀਂ, ਇੱਕ ਘੰਟਾ ਵੀ ਨਹੀਂ ਹੁੰਦਾ। ਇਹ ਕਿਸਾਨ ਮੰਡੀਆਂ ਸਾਡੇ ਖਾਤਰ ਹੀ ਖੋਲ੍ਹੀਆਂ ਨੇ, ਕਿਸਾਨਾਂ ਖਾਤਰ, ਇੱਥੇ ਸਾਰੇ ਪਹੀਏ ਆ ਕੇ ਬਿਠਾ ਲਏ ਇਹਨਾਂ ਨੇ। ਜਿਹੜਾ ਸਰਕਾਰ ਦੇ ਕਰਮਚਾਰੀ ਹੈ ਉਹ ਵੀ ਇਮਾਨਦਾਰ ਨਹੀਂ, ਉਹ 5 'ਤੇ ਵੱਧ ਪੈਸੇ ਲੈ ਲੈਂਦੇ, ਉਹਨਾਂ 'ਤੇ 200 ਰੁਪਈਆ ਲੈ ਲੈਂਦੇ ਆ, ਅਤੇ ਕਿਸਾਨ 'ਤੇ 50 ਰੁਪਈਏ ਫੀਸ ਹੈ ਜਿਹੜੀ ਮੰਡੀ 'ਚ ਕਿਸਾਨ ਮੰਡੀ 'ਚ ਬੈਠਣਾ। ਇਸ ਲਈ ਇਹ ਸਾਰੀਆਂ 5 ਮੰਡੀਆਂ ਬਣ ਗਈਆਂ। ਉਹ ਪਹੀਆ ਕਿੱਥੇ 'ਤੇ ਖਰੀਦ ਕੇ ਲਿਆਉਂਦਾ? ਉਹ ਮੰਡੀ 'ਚੋਂ 26 'ਚੋਂ ਖਰੀਦ ਲਿਆਉਂਦਾ ਅਤੇ ਉੱਥੇ ਆ ਕੇ ਫੜੀ ਲਾ ਕੇ ਬੈਠ ਜਾਂਦਾ। ਜੇਕਰ 10 ਜੂਨ ਤੱਕ ਵੀ ਕੋਈ ਇਹਦਾ ਹੱਲ ਨਹੀਂ ਨਿਕਲਿਆ ਗਿਆ, ਕੱਢਿਆ ਗਿਆ ਅਤੇ ਨਾ ਨਿਕਲਿਆ ਕੋਈ ਹੱਲ ਤੁਹਾਡੀਆਂ ਮੰਗਾਂ ਦਾ, ਅੱਗੇ ਫਿਰ ਕੀ ਕੁਛ ਰਣਨੀਤੀ ਹੈ? ਅਸੀਂ ਫਿਰ ਇਹਦੇ ਬਾਰੇ ਵਿਚਾਰ ਕੇ ਦੁਬਾਰਾ ਮੀਟਿੰਗ ਕਰਕੇ ਤਕੜਾ ਸੰਘਰਸ਼ ਕਰੂੰਗੇ, ਨਾਲ ਟਰਾਲੀਆਂ ਲਿਆਉਂਗੇ, ਜਾਮ ਲਾਉਂਗੇ, ਔਰ ਇਹਦਾ ਇੱਕ ਟਰੱਕ ਨਹੀਂ ਦੁੱਧ ਤਾਂ ਅਸੀਂ ਨਹੀਂ ਨਾ ਪਿੰਡਾਂ 'ਚੋਂ ਨਿਕਲ ਲਉਂਗੇ ਨਾ ਇੱਥੇ 'ਤੇ ਲਉਂਗੇ, ਇਹਨਾਂ ਦਾ ਸਾਰਿਆਂ ਦਾ ਘਿਰਾਓ ਕਰੂੰਗੇ ਮਿਲਕ ਪਲਾਂਟ ਬੇਰ ਕੇ ਦਾ। ਤਾਂ ਇਰਾਦਾ ਬਿਲਕੁਲ ਸਾਫ਼ ਹੈ, ਜੇਕਰ ਸਰਕਾਰ 10 ਜੂਨ ਤੋਂ ਬਾਅਦ ਵੀ ਇਹਨਾਂ ਦੀ ਗੱਲ ਨਹੀਂ ਸੁਣਦੀ ਤਾਂ ਅੰਦੋਲਨ ਜਿਹੜਾ ਹੈ ਉਹ ਹੋਰ ਤੇਜ਼ ਕੀਤਾ ਜਾਵੇਗਾ, ਘੇਰਾ ਕੀਤਾ ਜਾਵੇਗਾ, ਬਾਈਕਾਟ ਕੀਤਾ ਜਾਵੇਗਾ, ਸੜਕਾਂ ਜਾਮ ਕੀਤੀਆਂ ਜਾਣਗੀਆਂ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਕੈਪਟਨ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਕਹਿੰਦੀ ਹੈ, ਪਰ ਕਿਸਾਨਾਂ ਦਾ ਤਾਂ ਕੁਛ ਹੋਰ ਹੀ ਕਹਿਣਾ ਹੈ। ਕਹਿੰਦੇ ਕਿ ਗੰਨੇ ਦੀ ਫਸਲ ਦੀ ਜਿਹੜੀ ਬਕਾਇਆ ਰਾਸ਼ੀ ਸਰਕਾਰ ਵੱਲ ਪਈ ਹੈ ਉਹ ਦੇਣ ਲਈ ਸਰਕਾਰ ਤਰੀਕਾਂ ਵੀ ਮੁਕਰਰ ਨਹੀਂ ਕਰ ਰਹੀ, ਅਤੇ ਹੁਣ ਇਹ ਕਿਸ ਤਰ੍ਹਾਂ ਦੀ ਹਿਤੈਸ਼ੀ ਸਰਕਾਰ ਹੈ ਇਹ ਤਾਂ ਸਰਕਾਰ ਜਾਂ ਸਰਕਾਰੀ ਮੰਤਰੀ ਹੀ ਦੱਸ ਸਕਦੇ ਨੇ। ਫਿਲਹਾਲ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਅਤੇ ਮੋਹਾਲੀ ਵਿੱਚ ਅੱਜ ਇਹ ਪਹੁੰਚੇ ਨੇ, ਪਰ ਸਰਕਾਰ ਤੋਂ ਸਾਫ਼ ਜਿਹੀ ਗੱਲ ਹੈ ਕਿ ਕਿਸਾਨ ਨਾਰਾਜ਼ ਨੇ। ਕੈਮਰਾ ਪਰਸਨ ਸੂਰਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਮੋਹਾਲੀ, ਡੇਲੀ ਪੋਸਟ ਪੰਜਾਬੀ।